ਸੋ ਅੱਜ ਆਪਾਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਕਨਫਿਊਜ਼ਿੰਗ ਵਰਡਸ ਬਾਰੇ ਦੱਸੂੰਗਾ। ਹੁਣ ਜੇ ਤੁਸੀਂ ਆਈਐਲਟਸ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਾਂ ਤੁਸੀਂ ਕੋਈ ਹੋਰ ਇੰਗਲਿਸ਼ ਦਾ ਐਗਜ਼ਾਮ ਦੇਣਾ ਹੈ ਤਾਂ ਤੁਹਾਨੂੰ ਇਹ ਬੜੀ ਬੈਨੀਫਿਟ ਕਰੂਗੀ। ਇੱਕ ਤਾਂ ਤੁਸੀਂ ਨਵੇਂ ਵਰਡਸ ਸਿੱਖੋਗੇ, ਦੂਸਰਾ ਤੁਹਾਨੂੰ ਕਨਫਿਊਜ਼ਨ ਨਹੀਂ ਹੋਊਗੀ ਕਿ ਕਿਹੜੇ ਵਰਡ ਨੂੰ ਕਿੱਥੇ ਵਰਤਣਾ, ਤਾਂ ਉਹ ਵੀ ਤੁਹਾਡੀ ਕਲੈਰਿਟੀ ਹੋ ਜਾਊਗੀ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਲਗਾਤਾਰ ਹੁਣ ਇਹ 25-30 ਵੀਡੀਓਸ ਇਹੀ ਪੈਣੀਆਂ ਨੇ, ਅਤੇ ਮੈਂ ਪਲੇਲਿਸਟ ਵੀ ਬਣਾ ਦੂੰਗਾ, ਤੁਸੀਂ ਪੂਰੀ ਪਲੇਲਿਸਟ ਦੇਖ ਸਕਦੇ ਹੋ। ਸਾਰੇ ਵਰਡਸ ਜੋ ਵੀ ਮੈਂ ਸਮਝਾਊਂਗਾ ਉਸ ਪਲੇਲਿਸਟ ਵਿੱਚ ਹੋਣਗੇ, ਜੋ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗੀ। ਹੁਣ ਸ਼ੁਰੂ ਕਰਦੇ ਹਾਂ। ਸੋ ਅੱਜ ਦੇ ਆਪਣੇ ਦੋ ਵਰਡਸ ਕਿਹੜੇ ਨੇ, ਦੋਵਾਂ ਦੀ ਪ੍ਰੋਨੰਸੀਏਸ਼ਨ ਸੇਮ ਆ, ਦੋਵਾਂ ਨੂੰ ਆਪਾਂ ਪ੍ਰੀਮੀਅਮ ਬੋਲਦੇ ਹਾਂ। ਫਰਕ ਕਿੱਥੇ ਆਉਂਦਾ ਹੈ? ਸਪੈਲਿੰਗ ਵਿੱਚ ਫਰਕ ਆਉਂਦਾ ਹੈ। ਸਪੈਲਿੰਗ ਵਿੱਚ ਕੀ ਫਰਕ ਹੈ? ਇੱਕ ਦੇ ਐਂਡ ਉੱਤੇ ਈ ਲੱਗੀ ਹੈ, ਇੱਕ ਦੇ ਐਂਡ ਉੱਤੇ ਈ ਨਹੀਂ ਲੱਗੀ। ਹੁਣ ਜਿਸ ਦੇ ਐਂਡ ਉੱਤੇ ਈ ਨਹੀਂ ਲੱਗੀ ਆਪਾਂ ਪਹਿਲਾਂ ਉਸ ਦੀ ਗੱਲ ਕਰਦੇ ਹਾਂ, PREMER। ਇਸ ਦਾ ਕੀ ਮਤਲਬ ਹੈ? ਫਸਟ ਇਨ ਰੈਂਕ ਪੋਜੀਸ਼ਨ ਔਰ ਇੰਪੋਰਟੈਂਸ। ਜੋ ਰੈਂਕ ਵਿੱਚ ਪਹਿਲੇ ਨੰਬਰ ਉੱਤੇ ਹੋਵੇ, ਇੰਪੋਰਟੈਂਸ ਵਿੱਚ ਜੋ ਸਭ ਤੋਂ ਜ਼ਰੂਰੀ ਹੋਵੇ, ਜਾਂ ਜੋ ਪਹਿਲੇ ਨੰਬਰ ਉੱਤੇ ਖੜ੍ਹਾ ਹੋਵੇ, ਜਿਸ ਦੀ ਪੋਜੀਸ਼ਨ ਪਹਿਲੇ ਨੰਬਰ ਉੱਤੇ ਹੋਵੇ, ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਪ੍ਰੀਮੀਅਮ ਕਹਿ ਦਿੰਦੇ ਹਾਂ। ਹੁਣ ਇਸ ਦੇ ਕੁਝ ਆਪਾਂ ਐਗਜ਼ਾਮਪਲ ਸੈਂਟੈਂਸਸ ਲੈਂਦੇ ਹਾਂ, ਜਿਵੇਂ ਸ਼ੀ ਇਜ਼ ਵਨ ਆਫ ਦ ਨੇਸ਼ਨਸ ਪ੍ਰੀਮੀਅਮ ਫੁੱਟਬਾਲ ਪਲੇਅਰਸ। ਦੇਸ਼ ਵਿੱਚ ਕਾਫੀ ਫੁੱਟਬਾਲ ਪਲੇਅਰਸ ਹੋ ਸਕਦੇ ਨੇ, ਅਤੇ ਜੋ ਸਭ ਤੋਂ ਵਧੀਆ ਫੁੱਟਬਾਲ ਪਲੇਅਰਸ ਨੇ ਉਹਨਾਂ ਵਿੱਚੋਂ ਉਹ ਇੱਕ ਹੈ। ਆਪਾਂ ਜਿਸ ਕੁੜੀ ਦੀ ਗੱਲ ਕਰ ਰਹੇ ਹਾਂ, ਉਹ ਬੈਸਟ ਫੁੱਟਬਾਲ ਪਲੇਅਰਸ ਵਿੱਚੋਂ ਇੱਕ ਹੈ। ਉਸ ਤੋਂ ਬਾਅਦ ਹੀ ਵਾਸ ਵਾਈਡਲੀ ਰਿਗਾਰਡਡ ਐਜ਼ ਵਨ ਆਫ ਦ ਵਰਲਡਸ ਪ੍ਰੀਮੀਅਮ ਬਿਜ਼ਨਸਮੈਨ। ਹੁਣ ਦੁਨੀਆ ਵਿੱਚ ਕਾਫੀ ਬਿਜ਼ਨਸਮੈਨ ਹੋ ਸਕਦੇ ਨੇ, ਪਰ ਜਿਸ ਬੰਦੇ ਦੀ ਆਪਾਂ ਗੱਲ ਕਰਦੇ ਹਾਂ, ਹੀ ਦੀ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਜੋ ਬੈਸਟ ਬਿਜ਼ਨਸਮੈਨ ਨੇ ਉਹਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤਾਂ ਮਤਲਬ ਉਹ ਕੀ ਆ? ਪ੍ਰੀਮੀਅਮ ਹੈ, ਪ੍ਰੀਮੀਅਮ। ਉਸ ਤੋਂ ਬਾਅਦ PREMIERE, ਇਹਦਾ ਮਤਲਬ ਕੀ ਹੁੰਦਾ ਹੈ? ਇਹਦਾ ਮਤਲਬ ਹੁੰਦਾ ਇਹ ਫਸਟ ਪਰਫੋਰਮੈਂਸ ਔਰ ਐਕਸੀਬਿਸ਼ਨ। ਆਪਾਂ ਕਈ ਵਾਰੀ ਸੁਣਦੇ ਹਾਂ ਕਿ ਮੂਵੀ ਦਾ ਪ੍ਰੀਮੀਅਰ ਹੋਇਆ, ਪ੍ਰੀਮੀਅਰ ਵੀ ਕਹਿ ਦਿੰਦੇ ਆ, ਅਮੈਰੀਕਨ ਵਿੱਚ ਪ੍ਰੀਮੀਅਰ ਬੋਲ ਸਕਦੇ ਹੋ, ਪ੍ਰੀਮੀਅਮ ਬੋਲ ਸਕਦੇ ਹੋ, ਦੋਵੇਂ ਸਹੀ ਹੈ। ਹੁਣ ਆਪਾਂ ਕਹਿ ਦਿੰਦੇ ਹਾਂ ਕਿ ਮੂਵੀ ਦਾ ਪ੍ਰੀਮੀਅਰ ਹੋਇਆ ਜੀ, ਮੂਵੀ ਦਾ ਪ੍ਰੀਮੀਅਰ ਹੋਇਆ। ਇਸਦਾ ਮਤਲਬ ਕੀ ਹੈ? ਕਿ ਜਿਹੜੀ ਉਹ ਮੂਵੀ ਸੀ ਉਹ ਪਹਿਲੀ ਵਾਰੀ ਦਿਖਾਈ ਗਈ। ਜਦੋਂ ਕੋਈ ਚੀਜ਼ ਪਹਿਲੀ ਵਾਰੀ ਦਿਖਾਈ ਜਾਂਦੀ ਹੈ, ਕੋਈ ਪਰਫੋਰਮੈਂਸ ਪਹਿਲੀ ਵਾਰੀ ਕੀਤੀ ਜਾਂਦੀ ਹੈ, ਕੋਈ ਐਕਸੀਬਿਸ਼ਨ, ਕੋਈ ਮੇਲਾ ਵਗੈਰਾ ਪਹਿਲੀ ਵਾਰੀ ਲੱਗਦਾ ਹੈ, ਤਾਂ ਉਸਨੂੰ ਆਪਾਂ ਪ੍ਰੀਮੀਅਮ ਬੋਲਦੇ ਹਾਂ, ਪਿੱਛੇ ਈ ਲੱਗਦੀ ਹੈ। ਹੁਣ ਇਸ ਦੇ ਦੋ ਐਗਜ਼ਾਮਪਲ ਸੈਂਟੈਂਸਸ ਮੈਂ ਤੁਹਾਨੂੰ ਦੇ ਦਿੰਦਾ, ਜਿਵੇਂ ਦ ਵਰਲਡ ਪ੍ਰੀਮੀਅਮ ਆਫ ਦ ਓਪਰਾ ਵਿਲ ਬੀ ਐਟ ਮੈਟਰੋਪੋਲੀਟਨ ਓਪਰਾ ਹਾਊਸ ਇਨ ਨਿਊਯਾਰਕ। ਓਪਰਾ ਕੀ ਹੁੰਦੀ ਹੈ? ਇੱਕ ਤਰ੍ਹਾਂ ਦੀ ਪਰਫੋਰਮੈਂਸ ਹੁੰਦੀ ਹੈ, ਮਿਊਜ਼ੀਕਲ ਪਰਫੋਰਮੈਂਸ ਹੁੰਦੀ ਹੈ, ਅਤੇ ਕਹਿੰਦੇ ਜਿਹੜੀ ਫਸਟ ਉਹਦਾ ਪ੍ਰੀਮੀਅਮ ਹੈਗਾ ਹੈ ਉਹ ਕਿੱਥੇ ਹੋਵੇਗਾ? ਮੈਟਰੋਪੋਲੀਟਨ ਓਪਰਾ ਹਾਊਸ ਨਿਊਯਾਰਕ ਦੇ ਅੰਦਰ। ਸੋ ਜਿਹੜੀ ਪਹਿਲੀ ਪਰਫੋਰਮੈਂਸ ਉਹ ਨਿਊਯਾਰਕ ਵਿੱਚ ਹੋਵੇਗੀ। ਦੂਸਰਾ ਆਪਣਾ ਸੈਂਟੈਂਸ ਕੀ ਆ? ਦ ਸੀਜ਼ਨ ਪ੍ਰੀਮੀਅਰਸ ਆਫ ਟੂ ਆਫ ਮਾਈ ਫੇਵਰੇਟ ਟੀ ਵੀ ਸ਼ੋਜ਼ ਆਰ ਔਨ ਵੈਨਸਡੇ। ਜਿਹੜੇ ਸੀਜ਼ਨ ਪ੍ਰੀਮੀਅਰਸ ਨੇ, ਦੋਵੇਂ ਬੋਲ ਸਕਦੇ ਹਾਂ, ਮੇਰੇ ਦੋ ਫੇਵਰੇਟ ਸ਼ੋਜ਼ ਉਹਨਾਂ ਦੇ ਸੀਜ਼ਨ ਪ੍ਰੀਮੀਅਰਸ ਨੇ, ਮਤਲਬ ਜਿਹੜੇ ਪਹਿਲੇ ਐਪੀਸੋਡ ਨੇ, ਉਹ ਕਦੋਂ ਆ ਰਹੇ ਆ? ਵੈਨਸਡੇ ਆ ਰਹੇ ਆ ਟੀ ਵੀ ਉੱਤੇ। ਠੀਕ ਹੈ, ਦੋ ਸ਼ੋਅ ਮੇਰੇ ਫੇਵਰੇਟ ਨੇ, ਉਹਨਾਂ ਦੋਵਾਂ ਦੇ ਜਿਹੜੇ ਪਹਿਲੇ ਐਪੀਸੋਡ ਨੇ ਉਹ ਪਹਿਲੀ ਵਾਰੀ ਕਦੋਂ ਦਿਖਾਏ ਜਾਣਗੇ? ਵੈਨਸਡੇ ਦਿਖਾਏ ਜਾਣਗੇ।